सरकार आ जी अध्यापकों तक इन्ना आ गई जी, उन्होंने शराब की ड्यूटियां तक सीमित करता जी। देखो पहला तो अज लॉकडाउन तो बाद करफ्यू तो बाद बड़े लंबे समय बाद मेरी कोशिश सी कि मैं गुरद्वारा साहब आके गुरु साहब नूं नमस्कार करा जी। ते दूसरा तुसी सवाल ही इहो जिहा लै लिया कि कैप्टन साहब तो उधर लिकर दियां पॉलिसीज़ ते किवें उन्होंने घर घर जिहड़ी आ पहुँचाउण दी डिलीवरी करन दी आग्या दित्ती है ना, सो इहदे बारे चर्चा हुई। सो इह बहुत माड़ी गल आ क्योंकि मैं एक गल इहदे च कहना चाहूँगी कि ਘਰਾਂ ਦੇ ਵਿੱਚ ਬੈਠ ਕੇ ਮਹਿਲਾਂ ਦੇ ਵਿੱਚ ਬੈਠ ਕੇ ਜਿਹੜੀ ਇੱਕ ਡੋਮੈਸਟਿਕ ਵਾਇਲੈਂਸ ਦਾ ਹਿੱਸਾ ਗਾ ਉਹ ਕਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਨਜ਼ਰ ਨਹੀਂ ਆ ਸਕਦਾ। ਸੋ ਉਹਨਾਂ ਨੇ ਇੱਕ ਆਪਣੀ ਸਟੇਟ ਨੂੰ ਉਹਦਾ ਰੈਵਨਿਊ ਬਚਾਉਣ ਵਾਸਤੇ ਇੱਕ ਪੱਖ ਨੂੰ ਅੱਗੇ ਲੈ ਲਿਆ ਕਿ ਅਸੀਂ ਲਿਕਰ ਤੋਂ ਜਿਹੜਾ ਸਾਨੂੰ ਬੈਨੀਫਿਟਸ ਹੁੰਦੇ ਆ, ਪਰ ਉਹਨਾਂ ਨੇ ਬਾਕੀ ਪੱਖ ਜਿਹੜੇ ਪੰਜਾਬ ਦੇ ਟੋਟਲ ਇਗਨੋਰ ਕਰਤੇ, ਜਿਨ੍ਹਾਂ ਦੇ ਵਿੱਚ ਐਗਰੀਕਲਚਰ ਵੀ ਹੈ, ਜਿਨ੍ਹਾਂ ਦੇ ਵਿੱਚ ਸਾਡਾ ਐਜੂਕੇਸ਼ਨ ਵੀ ਹੈ। ਸੋ ਸਾਰੇ ਪੱਖਾਂ ਨੂੰ ਇਗਨੋਰ ਕਰਕੇ ਇੱਕ ਲਿਕਰ ਨੂੰ ਚੱਕਣਾ, ਮੈਂ ਕਹਿੰਦੀ ਹਾਂ ਸਾਡੇ ਪੰਜਾਬ ਦਾ ਇਹ ਮੰਦਭਾਗਾ ਜਿਹੜਾ ਆ ਇਸ ਸਰਕਾਰ ਦਾ ਹਿੱਸਾ ਹੈਗਾ ਕਿ ਅੱਜ ਇਹੋ ਜਿਹੇ ਹਾਲਾਤ ਬਣਗੇ ਕਿ ਕੈਪਟਨ ਸਰਕਾਰ ਪੂਰੀ ਦੀ ਪੂਰੀ ਜਿਹੜੀ ਆਪਣੀ ਸਾਰੀ ਨਿਗਾਹ ਟਿਕਾਈ ਬੈਠੀ ਆ ਤਾਂ ਸਿਰਫ ਲਿਕਰ 'ਤੇ ਟਿਕਾਈ ਬੈਠੀ। ਤੁਸੀਂ ਕੀ ਸੋਚਦੇ ਹੋ ਜੀ ਕਿ ਹੋਰਾਂ ਕਿਉਂ ਨਹੀਂ ਇਹਨੇ ਧਿਆਨ ਦਿੱਤਾ, ਕਿੰਨਾ ਫੋਕਸ ਕਿਉਂ ਕੀਤਾ ਗਿਆ ਜੀ ਸ਼ਰਾਬ 'ਤੇ? ਦੇਖੋ ਪਿਛਲੇ ਦਿਨਾਂ ਦੇ ਸਰਕਾਰ ਦੀਆਂ ਬੈਠਕਾਂ ਦੇ ਵਿੱਚ ਬੜਾ ਕੁਛ ਹੋਇਆ, ਬੜੀ ਜਿਹੜੀਆਂ ਚਿੰਗਾੜੀਆਂ ਨੇ ਉਹਦੀਆਂ ਨਿਕਲ ਕੇ ਸਾਹਮਣੇ ਆਈਆਂ। ਸੋ ਕਿਤੇ ਨਾ ਕਿਤੇ ਉਹ ਜਿਹੜੀ ਖਿੱਚੋ ਤਾਣੀ ਆ ਜਾਂ ਆਪਸ ਦੇ ਵਿੱਚ ਜਿਹੜੀ ਵੀ ਝਾੜ ਝੜਪ ਹੋਈ ਆ ਉਹ ਸਿੱਧਾ ਨਿਸ਼ਾਨਾ ਮੈਨੂੰ ਤਾਂ ਇਹ ਲੱਗਦਾ ਕਿ ਜਿਹੜੀਆਂ 2 ਨੰਬਰ ਦੇ ਵਿੱਚ ਜਿਹੜੀ ਸ਼ਰਾਬ ਵਿਕ ਰਹੀ ਸੀਗੀਆਂ ਜਿਹੜੀਆਂ ਉਹ ਫੈਕਟਰੀਆਂ ਫੜੀਆਂ ਗਈਆਂ ਨੇ। ਸੋ ਉਹਨਾਂ ਤੋਂ ਜਿਹੜੇ ਬੈਨੀਫਿਟ ਹੋ ਰਹੇ ਸੀਗੇ, ਉਹਨਾਂ ਤੋਂ ਜਿਹੜੀਆਂ ਪ੍ਰਾਪਤੀਆਂ ਹੋ ਰਹੀਆਂ ਸੀ, ਜਿਹੜੀਆਂ ਹਿੱਸੇਦਾਰੀਆਂ ਜਾ ਰਹੀਆਂ ਸੀਗੀਆਂ, ਸਾਰਾ ਉਹਦੇ ਤੋਂ ਜਿਹੜਾ ਇੱਕ ਹਿੱਸੇਦਾਰੀਆਂ ਜਾਣੀਆਂ ਲਿਕਰ ਤੋਂ 2 ਨੰਬਰ ਦੀ ਸ਼ਰਾਬ ਤੋਂ ਉਹਨੂੰ ਲੈ ਕੇ ਮੈਨੂੰ ਤਾਂ ਇਹ ਲੱਗਦਾ ਵੀ ਜਿਹੜਾ ਆਪਸ ਦੇ ਵਿੱਚ ਰੌਲਾ ਪਿਆ ਅਤੇ ਜਿਹੜੀਆਂ ਚੰਗਾੜੀਆਂ ਸੁਲਝਦੀਆਂ ਹੋਈਆਂ ਬਾਹਰ ਨਿਕਲੀਆਂ ਨੇ ਸਾਡੇ ਤੱਕ ਪਹੁੰਚੀਆਂ ਨੇ। ਸੋ ਇਹਨਾਂ ਦਾ ਸੇਕ ਆ ਜਿਹੜਾ ਸਰਕਾਰ ਨੂੰ ਨਹੀਂ ਲੱਗਣਾ, ਜਿਹੜੀ ਆਪਸ ਦੇ ਵਿੱਚ ਇੰਨੀ ਖਿੱਚੋ ਤਾਣੀ ਆ ਸਰਕਾਰ ਦੀ, ਉਹ ਸਾਰੇ ਦਾ ਸਾਰਾ ਸੇਕ ਉਹ ਕੈਬਨਿਟ ਦਾ ਸੇਕ ਪੰਜਾਬ ਦੇ ਲੋਕਾਂ 'ਤੇ ਭਾਰੂਆ, ਪੰਜਾਬ ਦੇ ਮੋਢਿਆਂ 'ਤੇ ਭਾਰੂਆ। ਦੇਖੋ ਸਾਰਾ ਕੰਮ ਕਾਰ ਠੱਪ ਹੋ ਕੇ ਰਹਿ ਗਿਆ ਜੀ ਲੋਕਡਾਊਨ ਕਰਕੇ, ਅਤੇ ਇਸੇ ਦੇ ਵਿੱਚ ਲੋਕਾਂ ਦਾ ਗੁਜ਼ਾਰਾ ਜਿੱਥੇ ਚੱਲਣਾ ਮੁਸ਼ਕਿਲ ਆ ਉੱਥੇ ਵਾਧੂ ਦੇ ਖਰਚੇ ਪੈ ਰਹੇ ਨੇ ਜੀ, ਬਿਜਲੀ ਦਾ ਬਿੱਲ ਲੋਕਾਂ ਨੂੰ ਭਰਨਾ ਬੜਾ। ਐਗਜੈਕਟਲੀ ਦੇਖੋ ਇਹੀ ਪੱਖ ਜਿਹੜੇ ਨੇ ਸਰਕਾਰ ਦੇ, ਮੈਂ ਕਹਿੰਦੀ ਹਾਂ ਵੀ ਜਿੱਥੇ ਪੰਜਾਬ ਦੇ ਲੋਕਾਂ ਨੇ ਇੰਨਾ ਸਾਥ ਦਿੱਤਾ ਕਿ ਕਰਫਿਊ ਦੀ ਪਾਲਣਾ ਬੜੀ ਸੰਜੀਦਗੀ ਤਰੀਕੇ ਨਾਲ ਕੀਤੀ ਆ, ਬੜੇ ਆਗਿਆ ਦੇ ਵਿੱਚ ਰਹਿ ਕੇ ਆਪਣੀਆਂ ਸਾਰੇ ਜਿਹੜੇ ਸਰਕਾਰ ਦੇ ਐਲਾਨ ਦੀ ਪਾਲਣਾ ਕੀਤੀ ਆ, ਪਰ ਉਹਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਕਿ ਸਰਕਾਰ ਹਰ ਫਰੰਟ ਤੋਂ ਜਿਹੜੀ ਫੇਲ ਹੋਈ ਦਿਸਦੀ ਆ, ਹਰ ਫਰੰਟ ਤੋਂ ਜਿਹੜੀ ਸਰਕਾਰ ਉਹ ਪੂਰੀ ਤਰ੍ਹਾਂ ਦੇ ਨਾਲ ਇਸ ਵੇਲੇ ਇਹ ਦਿਸਦੀ ਆ ਵੀ ਸਰਕਾਰ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਪਿੱਟ ਚੁੱਕੀ ਆ, ਜਿਵੇਂ ਕਿ ਅਕਾਲੀ ਦਲ ਸਰਕਾਰ ਆਪਦੇ ਸਮੇਂ 'ਚ ਪਿੱਟੀ ਹੋਈ ਸੀ। ਸਰਕਾਰ ਦਾ ਜਿਹੜਾ 20 ਲੱਖ ਕਰੋੜ ਭੇਜਿਆ ਕੇਂਦਰ ਨੇ ਫੰਡ ਭੇਜਿਆ, ਇਹਦੇ ਬਾਰੇ ਕੋਈ? ਦੇਖੋ ਉਹ ਤਾਂ ਸ਼ੋਸ਼ੇ ਆ ਸਾਰੇ, ਹੈ ਨਾ, ਮੈਂ ਤਾਂ ਬਾਰ ਬਾਰ ਜੇ ਮੈਂ ਪਿਛਲੀ ਗੱਲ ਦੇ ਨਾਲ ਹੀ ਲਿੰਕ ਕਰਾਂ, ਬਾਰ ਬਾਰ ਇੱਕ ਸਰਕਾਰ ਨੇ ਐਲਾਨ ਹੀ ਕਰ ਦਿੱਤੇ ਸੀਗੇ ਕੈਪਟਨ ਸਰਕਾਰ ਨੇ ਵੀ ਜਦੋਂ ਤੱਕ ਸਾਡਾ ਕਰਫਿਊ ਦਾ ਟਾਈਮ ਆ, ਜਦੋਂ ਤੱਕ ਸਾਡਾ ਲੋਕਡਾਊਨ ਦਾ ਟਾਈਮ ਆ, ਤਾਂ ਕਿਸੇ ਨੇ ਕੋਈ ਕਿਸ਼ਤ ਅਦਾ ਨਹੀਂ ਕਰਨੀ, ਕੋਈ ਲੋਨ ਦੀ ਕਿਸ਼ਤ ਨਹੀਂ ਭਰਨੀ, ਕਿਸੇ ਨੇ ਕੋਈ ਵਹੀਕਲ ਦਾ ਲੋਨ ਨਹੀਂ ਭਰਨਾ। ਪਰ ਮਾਫ਼ ਕਰਨਾ, ਮੈਨੂੰ ਅਫਸੋਸ ਆ ਬਹੁਤ ਜ਼ਿਆਦਾ ਕਿ EMI ਬੈਂਕ ਦੀਆਂ ਕਿਸ਼ਤਾਂ ਵੀ ਉਸੇ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਸੀਗੀਆਂ, ਲੋਨ ਦੀਆਂ ਕਿਸ਼ਤਾਂ ਵੀ ਲੋਕਾਂ ਨੂੰ ਉਸੇ ਤਰੀਕੇ ਨਾਲ ਆ ਰਹੀਆਂ ਸੀਗੀਆਂ, ਰਹਿੰਦਾ ਖੂੰਹਦਾ ਬਿਜਲੀ ਦਾ ਬਿੱਲ ਵੀ ਲੋਕਾਂ 'ਤੇ ਬਹੁਤ ਵੱਡਾ ਭਾਰੂ ਆ ਕਿ ਜਿਹੜਾ ਅੱਜ ਵੀ ਲੋਕਾਂ ਨੂੰ ਉਸੇ ਤਰੀਕੇ ਦਾ, ਜਦੋਂ ਇੰਨਾ ਲੰਬਾ ਸਮਾਂ ਕਰਫਿਊ ਰਹਿ ਗਿਆ, ਇੰਨਾ ਲੰਬਾ ਸਮਾਂ ਲੋਕਡਾਊਨ ਰਹਿ ਗਿਆ, ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਵਰਗ ਐਸਾ ਬਚਿਆ ਹੋਊਗਾ ਜਿਹਦੇ ਕੋਲ ਇੰਨੀ ਕੁ ਗੁੰਜਾਇਸ਼ ਹੋਵੇ ਕਿ 1 ਮਹੀਨੇ ਦਾ ਕਰਫਿਊ ਰਹਿ ਗਿਆ ਹੋਵੇ ਅਤੇ ਉਹਦੇ ਕੋਲ ਹਾਲੇ ਵੀ ਕੋਈ ਬੱਚਤ ਪਈ ਹੋਵੇ। ਸੋ ਜੋ ਜਿਸ ਕੋਲ ਸੀਗਾ, ਜਿੰਨਾ ਕੁ ਖਾਸ ਕਰਕੇ ਮੁਲਾਜ਼ਮ ਵਰਗ, ਮੱਧਮ ਵਰਗ, ਮਿਡਲ ਕਲਾਸ ਦੀ ਜਿਵੇਂ ਮੈਂ ਗੱਲ ਕਰਾਂ, ਜੋ ਉਹਨਾਂ ਕੋਲ ਸੀਗਾ ਆਪਣੇ ਗੁੰਜਾਇਸ਼ ਦੇ ਮੁਤਾਬਿਕ ਉਹ ਇਸ ਵੇਲੇ ਖਤਮ ਹੋ ਚੁੱਕਿਆ। ਸੋ ਸਰਕਾਰ ਇਹ ਸਾਰੇ ਬੋਝਾਂ ਨੂੰ ਨਾ ਕਿ ਲੋਕਾਂ 'ਤੇ ਰੱਖ ਕੇ ਚਲਾਵੇ, ਆਪਦੇ ਆਪ 'ਤੇ ਚਲਾਵੇ। ਸਰਕਾਰੀ ਰਾਸ਼ਨ ਨੂੰ ਲੈ ਕੇ ਬੜੀ ਜਦੋਜਹਦ ਹੋਈ ਹੈ ਜੀ, ਬੜੀ ਇਲਜ਼ਾਮਬਾਜ਼ੀਆਂ ਹੋਈਆਂ ਨੇ ਵੀ ਸਰਕਾਰੀ ਰਾਸ਼ਨ ਨੂੰ ਲੈ ਕੇ। ਇਲਜ਼ਾਮਬਾਜ਼ੀ ਤਾਂ ਇੱਕ ਬਹੁਤ ਅਲੱਗ ਚੀਜ਼ ਆ, ਮੈਂ ਕਹਿੰਦੀ ਸਭ ਤੋਂ ਘਟੀਆ ਕਿਸਮ ਦੀ ਜਿਹੜੀ ਪੋਲੀਟਿਕਸ ਆ ਉਹ ਰਾਸ਼ਨ ਨੂੰ ਲੈ ਕੇ ਹੋਈ ਆ, ਕਿ ਰਾਸ਼ਨ ਜਿੱਥੇ ਲੋੜੀਂਦਾ ਪਰਿਵਾਰਾਂ ਨੂੰ ਚਾਹੀਦਾ ਸੀਗਾ ਡਿਸਟ੍ਰੀਬਿਊਟ ਕਰਨਾ, ਤਾਂ ਸਰਕਾਰ ਦੇ ਜਿਹੜੇ ਕਰਿੰਦੇ ਨੇ ਉਹਨੂੰ ਇਸ ਤਰੀਕੇ ਨਾਲ ਲੈਂਦੇ ਸੀਗੇ ਕਿ ਅਸੀਂ ਕੈਟਾਗਰਾਈਜ਼ ਕਰੀਏ ਕਿ ਕਿਹਨੇ ਵੋਟ ਅਕਾਲੀ ਦਲ ਨੂੰ ਦਿੱਤੀ ਆ, ਕਿਹਨੇ ਕਾਂਗਰਸ ਨੂੰ ਦਿੱਤੀ ਆ, ਜਿਹਨੇ ਕਾਂਗਰਸ ਨੂੰ ਦਿੱਤੀ ਅਸੀਂ ਉਹਨੂੰ ਰਾਸ਼ਨ ਦੇਵਾਂਗੇ। ਕੀ ਗੱਲ, ਜਿਹੜੇ ਲੋਕ ਅੱਜ ਜਿਨ੍ਹਾਂ ਨੂੰ ਲੋੜ ਆ ਰਾਸ਼ਨ ਦੀ, ਜਿਹੜੇ ਆਪਣੇ ਭੁੱਖ ਦੇ ਵਿੱਚ ਬੈਠੇ ਆ, ਅਤੇ ਅਸੀਂ ਉਹਨਾਂ ਦੇ ਵਿੱਚ ਵੀ ਕੈਟਾਗਰਾਈਜ਼ ਕਰਾਂਗੇ ਕਿ ਕਿਹਨੂੰ ਰਾਸ਼ਨ ਚਾਹੀਦਾ, ਕਿਹਨੂੰ ਨਹੀਂ ਦੇਣਾ ਸਰਕਾਰ ਨੇ। ਮੈਂ ਕਹਿੰਦੀ ਘਟੀਆ ਕਿਸਮ ਦੀ ਰਾਜਨੀਤੀ ਆ ਜੀ, ਪੱਖਪਾਤ ਤਾਂ ਇੱਕ ਫਿਰ ਆਪਾਂ ਕਹਾਂਗੇ ਇੱਕ ਥੋੜ੍ਹਾ ਜਿਹਾ ਸੁਲਝਿਆ ਹੋਇਆ ਸ਼ਬਦ ਆ, ਘਟੀਆ ਕਿਸਮ ਦੀ ਪੋਲੀਟਿਕਸ ਕਰਨਾ ਇਹ ਸਰਕਾਰ ਦਾ ਜਿਹੜਾ ਪੱਖ ਆ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਕਰਫਿਊ ਦੇ ਟਾਈਮ ਦੇ ਵਿੱਚ ਸਾਹਮਣੇ ਆਇਆ।